ਹੋਰ ਵੀਰ ਜੀ ਕੀ ਹਾਲ ਚਾਲ ਮੇਰੇ ਵੀਰਾਂ ਦੇ? ਠੀਕ ਠਾਕ ਮੇਰੇ ਭਰਾ ਸਾਰੇ। ਮੈਂ ਕਿਹਾ ਚਲੋ ਇੱਕ ਨੁਕਤਾ ਵੀਰਾਂ ਨਾਲ ਸ਼ੇਅਰ ਕੀਤਾ ਜਾਵੇ। ਮੈਂ ਗਰਮੀਆਂ ਦੇ ਵਿੱਚ ਬੱਚੇ ਲੈਂਦਾ ਨਹੀਂ ਜ਼ਿਆਦਾ ਕਬੂਤਰਾਂ ਕੋਲ, ਮੈਂ ਅਰਕਾ ਮੁਰਗੀਆਂ ਦੇ ਆਂਡੇ ਰੱਖੇ ਇਹਨਾਂ ਦੇ ਥੱਲੇ ਅਤੇ ਨਿਕਲੇ ਨੇ ਦੋ ਤਿੰਨ ਚੂਚੇ। ਇੱਕ ਤਾਂ ਦੋ ਫਾਇਦੇ ਹੋ ਜਾਂਦੇ, ਇੱਕ ਚੂਚੇ ਮਿਲ ਜਾਂਦੇ ਆ ਅਤੇ ਇੱਕ ਕਬੂਤਰਾਂ ਦਾ ਜ਼ੋਰ ਵੀ ਨਹੀਂ ਜ਼ਿਆਦਾ ਹੁੰਦਾ ਗਰਮੀਆਂ ਦੇ ਵਿੱਚ, ਕਬੂਤਰ ਵੀ ਬਚੇ ਰਹਿੰਦੇ ਜੋੜੇ। ਠੀਕ ਹੈ ਆ ਵੀਰ ਜੀ ਰੱਖੇ ਸੀ ਆਂਡੇ, ਆਖੋ ਨਿਕਲਿਆ ਚੂਚਾ ਇੱਕ, ਭਾਅ ਜੀ ਚੂਚਾ ਨਿਕਲਿਆ, ਮੁਰਗੀ ਮੁਰਗੀ ਦਾ ਚੂਚਾ ਵੇਖੋ ਵੀਰ ਜੀ, ਆਂਡਾ ਇੱਕ ਇਹਦੇ ਥੱਲੇ ਰੱਖਿਆ ਵਾ, ਉਹ ਜੀ ਆਂਡਾ ਪਿਆ ਵਾ ਅਤੇ ਇੱਕ ਆ ਨਿਕਲਿਆ ਚੂਚਾ ਇੱਧਰ। ਖਾਲੀ ਸਿੱਕੜ, ਆਹ ਜਿਹੜਾ ਸਿੱਕੜ ਕਬੂਤਰੀਆਂ ਨੂੰ ਵੀ ਪਾ ਸਕਦੇ ਜੀ ਤੁਸੀਂ ਭਾਅ ਜੀ, ਇਹ ਕੈਲਸ਼ੀਅਮ ਦਾ ਦਿੰਦਾ ਫਾਇਦਾ। ਠੀਕ ਹੈ ਇੱਧਰ ਆ ਬਈ ਸ਼ਿਰਾ, ਆਓ ਭਾਅ ਜੀ ਇੱਕ ਇਹਦੇ ਥੱਲੇ ਰੱਖਿਆ ਭਾਅ ਜੀ, ਇਹਦਾ ਅਜੇ ਬੱਚਾ ਨਿਕਲਿਆ ਵਾ ਆਪਣਾ, ਇਹਨੇ ਕੱਢਿਆ ਅਜੇ ਆਂਡੇ ਦੇ ਵਿੱਚੋਂ, ਇਹਦੇ 'ਚੋਂ ਨਹੀਂ ਨਿਕਲਿਆ ਅਜੇ ਚੂਚਾ। ਇਹਦੇ ਥੱਲੇ ਵੀ ਇੱਕ ਰੱਖਿਆ, ਇਹਦੇ ਥੱਲੇ ਵੀ ਮੁਰਗੀ ਦਾ ਹੀ ਆ, ਇਹ ਥੱਲੇ ਨਹੀਂ ਨਿਕਲਿਆ, ਇਹਦੇ ਥੱਲੇ ਵੀ ਭਾਅ ਜੀ ਮੁਰਗੀ ਦਾ ਹੀ ਆ ਜੀ। ਖਲੋ ਜਾ ਖਲੋ ਜਾ ਖਲੋ ਜਾ, ਇੰਨਾ ਰੌਲਾ ਨਹੀਂ ਭਾਅ ਜੀ ਦਾ, ਨਿਕਲਿਆ ਬਸ ਦੋ ਨਿਕਲੇ ਜੀ ਅਜੇ। ਠੀਕ ਹੈ ਭਾਅ ਜੀ, ਬਸ ਇਸ ਤਰ੍ਹਾਂ ਕਢਾਇਆ ਕਰੋ, ਨਾ ਜਾਨਵਰਾਂ ਦੇ ਜ਼ੋਰ ਵੀ ਨਹੀਂ ਹੁੰਦਾ ਜ਼ਿਆਦਾ। ਥੱਲੜੇ ਖੁੱਡੇ 'ਚ ਵੀ ਰੱਖੇ ਮੈਂ ਅਜੇ, ਅਤੇ ਬਸ ਇਸ ਤਰ੍ਹਾਂ ਗਰਮੀਆਂ ਦੇ ਵਿੱਚ ਤੁਸੀਂ ਮੁਰਗੀਆਂ ਦੇ ਬੱਚੇ ਕਢਾ ਸਕਦੇ ਜੀ ਇਹਨਾਂ ਕੋਲ। ਠੀਕ ਹੈ ਜੀ, ਜੇ ਤਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਭਾਅ ਜੀ। ਠੀਕ ਹੈ ਵੀਰ ਜੀ, ਓਕੇ ਸਰ, ਵੀਡੀਓ ਨੂੰ ਲਾਈਕ ਕਰ ਦਿਓ ਮੇਰੇ ਭਰਾ ਜੀ, ਜੇ ਵਧੀਆ ਲੱਗੀ ਹੋਊਗੀ ਤਾਂ ਸ਼ੇਅਰ ਕਰ ਦਿਓ ਨਾਲੇ ਸਾਰੇ ਭਰਾਵਾਂ ਬਾਹਰ, ਜੋ ਗਰਮੀਆਂ ਤੋਂ ਜਾਨਵਰ ਬਚਦੇ ਰਹੇ ਬਚੇ ਰਹਿੰਦੇ ਨੇ ਜੋੜੇ ਸਾਰੇ ਜਿੰਨੇ ਵੀ ਆ, ਫਾਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ ਵੀਰ ਜੀ। ਓਕੇ ਸਰ।